ਸਤਿ ਸ੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਹੈਲਪ ਇੰਡੀਆ ਤੇ ਮੈਂ ਹਾਂ ਜਗਰਾਜ ਸਿੰਘ। ਉਮੀਦ ਕਰਦਾ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਦੋਸਤੋ, ਮੈਨੂੰ ਕਾਫੀ ਸਾਰੀਆਂ ਈਮੇਲਸ ਤੇ ਕਮੈਂਟ ਮਿਲੇ ਸੀਗੇ ਰਿਗਾਰਡਿੰਗ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੀ ਜਿਹੜੀ ਫਾਈਲ ਆ, ਜਦ ਅਸੀਂ ਉਹ ਲਾਂਚ ਕਰਦੇ ਹਾਂ, ਸਬਮਿਟ ਕਰਦੇ ਹਾਂ, ਤਾਂ ਉਸ ਤੋਂ ਪਹਿਲਾਂ ਸਾਨੂੰ ਆਪਣੇ ਪੁਆਇੰਟ ਕੈਲਕੂਲੇਟ ਕਰਨੇ ਪੈਂਦੇ ਆ, ਇਹ ਚੈੱਕ ਕਰਨ ਵਾਸਤੇ ਕਿ ਸਾਡੇ ਜਿਹੜੇ ਪੁਆਇੰਟ ਨੇ ਉਹ ਕਿੰਨੇ ਬਣਦੇ ਨੇ। ਸੋ ਦੋਸਤੋ, ਤੁਸੀਂ ਆਪਣੇ CEC ਦੇ ਵਿੱਚ ਆਪਣੇ ਪੁਆਇੰਟ ਕੈਲਕੂਲੇਟ ਕਰਦੇ ਹੋ, ਜਿਹਦੇ ਵਿੱਚ ਤੁਹਾਡੀ ਐਜੂਕੇਸ਼ਨ, ਤੁਹਾਡੀ ਏਜ, ਉਸ ਤੋਂ ਬਾਅਦ ਤੁਹਾਡਾ ਕੋਈ ਰਿਲੇਟਿਵ ਇੱਥੇ ਰਹਿੰਦਾ ਤਾਂ ਉਹ, ਅਤੇ ਇੱਕ ਤੁਹਾਡੀ ਜਿਹੜੀ ਆ ਆਇਲਸ ਦਾ ਟੈਸਟ, ਜਾਂ ਫਿਰ ਕੋਈ ਵੀ ਜਿਹੜਾ ਪ੍ਰੋਫੀਸ਼ੈਂਸੀ ਦਾ ਇੰਗਲਿਸ਼ ਦਾ ਟੈਸਟ ਆ, ਉਹ ਤੁਸੀਂ ਜਿਵੇਂ ਕਿ ਸੈਲ ਪੇਪਰ ਜਾਂ ਦੋ ਟੈਸਟ ਹੋਰ ਨੇ, ਉਹ ਆਪਾਂ ਅੱਗੇ ਵੀਡੀਓ ਵਿੱਚ ਡਿਸਕਸ ਕਰਾਂਗੇ। ਉਹਨਾਂ ਸਾਰੀਆਂ ਚੀਜ਼ਾਂ ਦੇ ਜਿਹੜੇ ਪੁਆਇੰਟ ਨੇ ਉਹਨਾਂ ਨੂੰ ਮਿਲਾ ਕੇ ਤੁਹਾਡਾ ਇੱਕ ਸਕੋਰ ਬਣਦਾ, ਜਿਵੇਂ 400 ਕੁਛ ਜਾਂ 500, ਉਹ ਡਿਪੈਂਡ ਕਰਦਾ ਤੁਹਾਡੀ ਐਜੂਕੇਸ਼ਨ ਕੀ ਆ, ਤੁਹਾਡਾ ਐਕਸਪੀਰੀਅੰਸ ਕੀ ਆ, ਉਹ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਸਕੋਰ ਬਣਦਾ। ਸੋ ਸਭ ਤੋਂ ਪਹਿਲਾਂ ਧਿਆਨ ਰੱਖਣ ਵਾਲੀਆਂ ਗੱਲਾਂ ਇਹ ਨੇ ਕਿ ਜਿਹੜੇ ਮੇਨ ਫੈਕਟਰ ਨੇ ਉਹਦੇ ਵਿੱਚ, ਉਹ ਤੁਹਾਡੀ ਐਜੂਕੇਸ਼ਨ, ਤੁਹਾਡੀ ਏਜ, ਤੁਹਾਡਾ ਜਿਹੜਾ ਇੰਗਲਿਸ਼ ਦਾ ਕੋਈ ਤੁਸੀਂ ਟੈਸਟ ਦਿੱਤਾ ਹੋਊਗਾ, ਲੈਂਗੁਏਜ ਟੈਸਟ, ਉਹ ਪਲੱਸ ਉਸ ਤੋਂ ਬਾਅਦ ਤੁਹਾਡਾ ਜਿਹੜਾ ਐਕਸਪੀਰੀਅੰਸ ਆ। ਸੋ ਐਕਸਪੀਰੀਅੰਸ ਤੁਹਾਡਾ ਨੌਕ ਏ, ਓ ਅਤੇ ਬੀ, ਇਹ ਤਿੰਨ ਐਕਸਪੀਰੀਅੰਸ ਜਿਹੜੇ ਨੇ ਉਹ ਕਾਊਂਟ ਹੋਣਗੇ। ਮਿਨੀਮਮ ਐਟਲੀਸਟ 1 ਈਅਰ ਦਾ ਤੁਹਾਨੂੰ ਐਕਸਪੀਰੀਅੰਸ ਚਾਹੀਦਾ ਹੋਏਗਾ। ਸੋ ਇਹਨਾਂ ਸਾਰੀਆਂ ਚੀਜ਼ਾਂ ਦੇ ਜਿਹੜੇ ਸਕੋਰ ਨੇ ਉਹ ਇਕੱਠੇ ਹੋਣ ਤੋਂ ਬਾਅਦ ਤੁਹਾਡਾ ਇੱਕ ਕਮਿਊਨੇਟਿਵ ਸਕੋਰ ਬਣੇਗਾ। ਉਹ ਜਦ ਤੁਸੀਂ ਆਪਣੀ ਫਾਈਲ ਪੂਲ ਦੇ ਵਿੱਚ ਪਾ ਦਿੰਦੇ ਹੋ ਤਾਂ ਉਸ ਤੋਂ ਬਾਅਦ ਤੁਹਾਨੂੰ ਪਤਾ ਚੱਲੇਗਾ ਕਿ ਅਗਰ ਤੁਹਾਡੀ ਜਿਹੜੀ ਕੱਟ ਆਫ ਆ ਉਹ ਗੌਰਮੈਂਟ ਇਮੀਗ੍ਰੇਸ਼ਨ ਦੀ, ਉਹਦੇ ਨਾਲ ਮੈਚ ਕਰ ਜਾਂਦਾ ਤਾਂ ਤੁਹਾਨੂੰ ਇਨਵੀਟੇਸ਼ਨ ਆ ਜਾਏਗੀ। ਸੋ ਦੋਸਤੋ, ਅੱਜ ਦੀ ਇਹ ਵੀਡੀਓ ਇਸ ਕਰਕੇ ਬਹੁਤ ਖਾਸ ਆ ਕਿਉਂਕਿ ਲਾਸਟ ਈਅਰ ਇੰਨੇ ਮਹੀਨਿਆਂ ਦੇ ਵਿੱਚ ਇੱਕ ਡਰੋਅ ਆਇਆ ਸੀਗਾ ਜਿਹਦੇ ਵਿੱਚ ਜਿਹੜਾ ਕੱਟ ਆਫ ਸਕੋਰ ਸੀ ਉਹ ਸਿਰਫ 75 ਸੀਗੀ, ਅਤੇ ਜਿਹਨਾਂ ਜਿਹਨਾਂ ਨੇ ਆਪਣੀ ਫਾਈਲ ਪੂਲ 'ਚ ਪਾਈ ਸੀ ਉਹਨਾਂ ਸਾਰਿਆਂ ਨੂੰ PR ਦੀ ਇਨਵੀਟੇਸ਼ਨ ਆ ਗਈ ਸੀ। ਸੋ ਦੋਸਤੋ, ਉਮੀਦ ਕੀਤੀ ਜਾ ਰਹੀ ਆ ਕਿਉਂਕਿ ਪਿਛਲੇ 6 ਮਹੀਨਿਆਂ ਤੋਂ ਕੋਈ ਵੀ CEC ਦਾ ਡਰੋਅ ਨਹੀਂ ਆਇਆ। ਵੈਸੇ ਹਰ ਮਹੀਨੇ 2 ਜਾਂ 3 ਡਰੋਅ ਆਉਂਦੇ ਆ, ਪਰ ਪਿਛਲੇ 6 ਮਹੀਨਿਆਂ ਤੋਂ ਅਰਾਊਂਡ ਕੋਈ ਵੀ ਡਰੋਅ ਨਹੀਂ ਆਇਆ। ਸੋ ਐਕਸਪੈਕਟ ਕੀਤਾ ਜਾ ਰਿਹਾ ਕਿ ਆਉਣ ਵਾਲੇ 1-2 ਮਹੀਨਿਆਂ ਦੇ ਵਿੱਚ ਜਿਹੜਾ ਡਰੋਅ ਆ ਉਹ CEC ਦਾ ਆਊਗਾ। ਸੋ ਤੁਸੀਂ ਆਪਣੀਆਂ ਆਪਣੀਆਂ ਫਾਈਲਸ ਰੈਡੀ ਕਰ ਲਓ ਅਤੇ ਆਪਣੇ ਪੁਆਇੰਟ ਜਿਹੜੇ ਆ ਉਹ ਕੈਲਕੂਲੇਟ ਕਰਕੇ ਦੇਖ ਲਓ। ਹੁਣ ਪੁਆਇੰਟ ਕੈਲਕੂਲੇਟ ਕਰਨ ਦਾ ਫਾਇਦਾ ਕੀ ਆ ਕਿ ਜਿਹੜੇ ਕੁਝ ਇਹਦੇ ਵਿੱਚ ਫੈਕਟਰ ਨੇ ਉਹ ਸਟੇਬਲ ਨੇ, ਉਹ ਚੇਂਜ ਨਹੀਂ ਹੋ ਸਕਦੇ, ਜਿਵੇਂ ਤੁਹਾਡੀ ਏਜ ਆ, ਤੁਹਾਡੀ ਐਜੂਕੇਸ਼ਨ ਆ, ਉਹ ਅਤੇ ਪਲੱਸ ਜਿਹੜਾ ਤੁਹਾਡਾ ਐਕਸਪੀਰੀਅੰਸ ਆ ਉਹ ਚੇਂਜ ਨਹੀਂ ਹੋ ਸਕਦਾ। ਸਿਰਫ ਐਕਸਪੀਰੀਅੰਸ, ਤੁਸੀਂ ਜੇ ਇੱਥੇ ਵੱਧ ਕੰਮ ਕਰਦੇ ਹੋ ਤਾਂ ਤੁਹਾਨੂੰ ਪੁਆਇੰਟ ਥੋੜ੍ਹੇ ਵੱਧ ਮਿਲਣਗੇ, ਪਰ ਉਹ ਅਗਰ ਤੁਹਾਡੀ ਏਜ ਉੱਪਰ ਹੋਊਗੀ ਤਾਂ ਉਹ ਘੱਟ ਜਾਣਗੇ। ਸੋ ਸਿਰਫ ਇੱਕ ਮੇਨ ਫੈਕਟਰ ਜਿਹੜਾ ਸਭ ਤੋਂ ਉਹ ਇਹ ਆ ਕਿ ਤੁਸੀਂ ਆਇਲਸ ਦੇ ਜਿਹੜੇ ਸਕੋਰ ਆ ਉਹ ਕਿੰਨੇ ਲਏ ਆ। ਜੇਕਰ ਤੁਸੀਂ ਆਇਲਸ ਦੇ ਸਕੋਰ ਨੂੰ ਅਪ ਕਰਦੇ ਹੋ CLB ਲੈਵਲ ਨੂੰ, ਤਾਂ ਫਿਰ ਜਿਹੜਾ ਤੁਹਾਡਾ ਹੈਗਾ ਹੈ ਸਕੋਰ ਆ ਉਹ ਅਪ ਜਾਊਗਾ। ਸੋ ਉਸ ਤਮਾਮ ਚੀਜ਼ਾਂ ਨੂੰ ਆਪਾਂ ਇਹਦੇ ਵਿੱਚ ਵੀਡੀਓ 'ਚ ਡਿਸਕਸ ਕਰਾਂਗੇ। ਸੋ ਆਓ ਫਿਰ ਵੀਡੀਓ ਕਰਦੇ ਹਾਂ ਸ਼ੁਰੂ। ਸੋ ਦੋਸਤੋ, ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਪੁਆਇੰਟਸ ਕੈਲਕੂਲੇਟ ਕਰਨ ਵਾਸਤੇ ਸਭ ਤੋਂ ਪਹਿਲਾਂ ਤੁਸੀਂ ਆਪਣੇ ਬਰਾਊਜ਼ਰ ਦੇ ਵਿੱਚ ਗੂਗਲ ਓਪਨ ਕਰੋਗੇ। ਗੂਗਲ ਸਰਚ ਇੰਜਨ ਓਪਨ ਕਰਨ ਤੋਂ ਬਾਅਦ ਤੁਸੀਂ ਇੱਥੇ ਟਾਈਪ ਕਰੋਗੇ CEC ਪੁਆਇੰਟਸ ਕੈਲਕੂਲੇਟਰ। ਜਦ ਤੁਸੀਂ CEC ਪੁਆਇੰਟਸ ਕੈਲਕੂਲੇਟਰ ਲਿਖੋਗੇ ਤਾਂ ਉਹਨੂੰ ਸਰਚ ਕਰੋਗੇ ਤਾਂ ਉਸ ਤੋਂ ਬਾਅਦ ਤੁਹਾਡੇ ਕੋਲ ਲਿੰਕ ਖੁੱਲ੍ਹੇਗਾ, ਇਹ ਵਾਲਾ ਫਸਟ ਲਿੰਕ, ਕੰਪਰੀਹੈਂਸਿਵ ਰੈਂਕਿੰਗ ਸਿਸਟਮ। ਤੁਸੀਂ ਇਸ ਲਿੰਕ ਨੂੰ ਓਪਨ ਕਰ ਲੈਣਾ। ਇਸ ਲਿੰਕ ਨੂੰ ਓਪਨ ਕਰਨ ਤੋਂ ਬਾਅਦ ਤੁਹਾਡੇ ਕੋਲ ਇੱਥੇ ਆਪਸ਼ਨ ਆਉਣਗੇ ਥੱਲੇ। ਹੁਣ ਤੁਸੀਂ ਇੱਥੇ ਆਓਗੇ ਤਾਂ ਉਹ ਤੁਹਾਡੇ ਕੋਲ ਪਹਿਲਾ ਕੁਐਸਚਨ ਪੁੱਛ ਰਿਹਾ ਕਿ ਵਟ ਇਜ਼ ਯੂਅਰ ਮੈਰੀਟਲ ਸਟੇਟਸ, ਕਿ ਤੁਸੀਂ ਵਿਆਹੇ ਆ ਜਾਂ ਤੁਸੀਂ ਮੈਰਿਡ ਆ ਜਾਂ ਅਨਮੈਰਿਡ ਆ, ਉਹਦੇ ਬਾਰੇ ਤੁਹਾਨੂੰ ਕੁਐਸਚਨ ਪਹਿਲਾਂ ਪੁੱਛ ਰਿਹਾ। ਸੋ ਇਹ 2 ਤਰੀਕੇ ਦਾ ਹੋਊਗਾ। ਇੱਕ ਤਾਂ ਹੋਊਗਾ ਕਿ ਤੁਸੀਂ ਸਿੰਗਲ ਐਪਲੀਕੈਂਟ ਅਪਲਾਈ ਕਰ ਰਹੇ ਹੋ ਤਾਂ ਤੁਸੀਂ ਇੱਥੇ ਨੈਵਰ ਮੈਰਿਡ ਅਤੇ ਸਿੰਗਲ ਕਰ ਦੋਗੇ। ਅਗਰ ਤੁਸੀਂ ਮੈਰਿਡ ਹੋ ਤਾਂ ਤੁਸੀਂ ਇੱਥੇ ਮੈਰਿਡ ਆਪਸ਼ਨ ਸਿਲੈਕਟ ਕਰੋਗੇ। ਸੋ ਫਸਟ ਮੈਂ ਤੁਹਾਨੂੰ ਸਿੰਗਲ ਦੇ ਨਾਲ ਕਰਕੇ ਦਿਖਾ ਦੇਣਾ, ਉਸ ਤੋਂ ਬਾਅਦ ਆਪਾਂ ਮੈਰਿਡ ਬਾਰੇ ਡਿਸਕਸ ਕਰਾਂਗੇ। ਸੋ ਫਸਟ ਤੁਸੀਂ ਸਿੰਗਲ ਸਿਲੈਕਟ ਕਰ ਲੈਣਾ। ਉਸ ਤੋਂ ਬਾਅਦ ਜੇ ਤੁਸੀਂ ਮੈਰਿਡ ਹੋ ਤੁਸੀਂ ਮੈਰਿਡ ਕਰੋਗੇ, ਅਗਰ ਤੁਸੀਂ ਸਿੰਗਲ ਐਪਲੀਕੈਂਟ ਅਪਲਾਈ ਕਰ ਰਹੇ ਹੋ ਤਾਂ ਫਿਰ ਤੁਸੀਂ ਸਿੰਗਲ ਕਰ ਲੈਣਾ। ਉਸ ਤੋਂ ਬਾਅਦ ਤੁਹਾਨੂੰ ਕਹਿ ਰਿਹਾ ਕਿ ਤੁਹਾਡੀ ਏਜ ਕਿੰਨੀ ਆ, ਤੁਸੀਂ ਆਪਣੀ ਏਜ ਜਿਹੜੀ ਆ ਉਹ ਭਰ ਦੇਣੀ ਹੈ ਇੱਥੇ, ਜਿੰਨੀ ਵੀ ਤੁਹਾਡੀ ਏਜ ਆ ਰਹੀ ਆ। ਉਸ ਤੋਂ ਬਾਅਦ ਅਗਲਾ ਕੁਐਸਚਨ ਹੈ ਜੀ, ਤੁਹਾਡਾ ਲੈਵਲ ਆਫ ਐਜੂਕੇਸ਼ਨ ਕੀ ਆ, ਅਤੇ ਉਹ ਤੁਹਾਨੂੰ ਪੁੱਛਿਆ ਤੁਸੀਂ ਕੈਨੇਡੀਅਨ ਜਿਹੜੀ ਡਿਗਰੀ ਆ ਉਹ ਕੋਈ ਅਰਨ ਕੀਤੀ ਆ। ਅਗਰ ਨਹੀਂ ਕੀਤੀ ਤਾਂ ਜਿਹੜੀ ਤੁਹਾਡੀ ਇੰਡੀਆ ਦੀ ਐਜੂਕੇਸ਼ਨ ਆ ਉਹ ਤੁਹਾਡੀ ਅਸੈਸਮੈਂਟ ਹੋਈ ਹੋਣੀ ਚਾਹੀਦੀ ਹੈ ECA ਤੋਂ। ECA ਮੀਨਜ਼ ਉਹਦੇ ਵਾਸਤੇ ਤੁਹਾਨੂੰ, ਅਗਰ ਤੁਸੀਂ ਸਪੋਜ਼ ਕਰੋ ਕਿ ਤੁਸੀਂ ਇੰਡੀਆ ਤੋਂ ਮਾਸਟਰ ਡਿਗਰੀ ਕੀਤੀ ਹੋਈ ਆ, ਤੁਸੀਂ ਉਹਦੇ ਇੱਥੇ ਮਾਸਟਰ ਡਿਗਰੀ ਦੇ ਪੁਆਇੰਟ ਲੈਣੇ ਆ, ਤਾਂ ਤੁਹਾਨੂੰ ਮਾਸਟਰ ਡਿਗਰੀ ਦੇ ਪੁਆਇੰਟ ਤਦ ਮਿਲਣਗੇ ਅਗਰ ਤੁਸੀਂ ਉਹਦੀ ਵੈਸ ਕਰਵਾਈ ਹੋਊਗੀ। ਵੈਸ ਕੀ ਚੀਜ਼ ਆ? ਵੈਸ ਹੈਗੀ ਆ ਵਰਲਡ ਐਜੂਕੇਸ਼ਨ ਸਰਵਿਸਿਜ਼, ਇੱਕ ਔਰਗਨਾਈਜੇਸ਼ਨ ਆ ਜਿਹੜੀ ਤੁਹਾਡੀ ਐਜੂਕੇਸ਼ਨ ਇੰਡੀਆ ਦੀ ਜਾਂ ਹੋਰ ਕਿਸੇ ਕੰਟਰੀ ਦੀ ਜਿਹੜੀ ਐਜੂਕੇਸ਼ਨ ਆ ਉਹਨੂੰ ਅਸੈਸ ਕਰਦੀ ਆ
ਅਸੈਸ ਕਰਨ ਤੋਂ ਬਾਅਦ ਉਹ ਤੁਹਾਡੀ ਐਜੂਕੇਸ਼ਨ ਨੂੰ ਕੈਨੇਡੀਅਨ ਐਜੂਕੇਸ਼ਨ ਦੇ ਨਾਲ ਕੰਪੇਅਰ ਕਰਦੀ ਆ, ਫਿਰ ਉਹ ਬਣਾ ਕੇ ਤੁਹਾਨੂੰ ਦੱਸਦੀ ਆ ਕਿ ਤੁਹਾਡੀ ਜਿਹੜੀ ਐਜੂਕੇਸ਼ਨ ਆ ਉਹ ਇਹਦੇ ਇਕੁਅਲੈਂਟ ਆ। ਸਪੋਜ਼ ਤੁਸੀਂ ਇੰਡੀਆ ਤੋਂ ਜਾਂ ਕਿਸੇ ਹੋਰ ਕੰਟਰੀ ਤੋਂ ਮਾਸਟਰ ਡਿਗਰੀ ਕੀਤੀ ਆ, ਉਹ ਵਰਲਡ ਐਜੂਕੇਸ਼ਨ ਸਰਵਿਸ ਜਿਹੜੀ ਵੈਸੇ ਆ ਉਹ ਅਸੈਸਮੈਂਟ ਕਰੇਗੀ ਤੁਹਾਡੀ ਕੈਨੇਡੀਅਨ ਐਜੂਕੇਸ਼ਨ ਦੇ ਨਾਲ। ਜੇ ਤੁਹਾਡੀ ਕੈਨੇਡੀਅਨ ਐਜੂਕੇਸ਼ਨ ਅਤੇ ਮਾਸਟਰ ਡਿਗਰੀ ਦੇ ਇਕੁਅਲੈਂਟ ਹੋਏਗੀ ਤਾਂ ਉਹ ਤੁਹਾਨੂੰ ਇੱਕ ਸਰਟੀਫਿਕੇਟ ਇਸ਼ੂ ਕਰਦੇ ਆ। ਉਹ ਜਿਹੜਾ ਸਰਟੀਫਿਕੇਟ ਆ ਉਹ ਫਿਰ ਅੱਗੇ ਤੁਹਾਡੀ ਫਾਈਲ ਦੇ ਨਾਲ ਲੱਗਦਾ ਜਦ ਤੁਸੀਂ ਆਪਣੀ ਫਾਈਲ ਸਬਮਿਟ ਕਰਦੇ ਆ। ਉਹ ਜਿਹੜੀ ਵੈਸੇ ਆ ਉਹ ਕਿਸ ਤਰ੍ਹਾਂ ਕਰਵਾਉਣੀ ਆ ਉਹਦਾ ਜਿਹੜਾ ਸਾਰਾ ਪ੍ਰੋਸੈਸ ਆ ਉਹ ਮੈਂ ਇੱਥੇ ਇੱਕ ਸੈਪਰੇਟ ਵੀਡੀਓ ਦੇ ਵਿੱਚ ਡਿਸਕਸ ਕਰਾਂਗਾ ਅਤੇ ਉਹਦਾ ਮੈਂ ਲਿੰਕ ਇੱਥੇ ਉੱਪਰ ਕੋਰਨਰ ਦੇ ਵਿੱਚ ਦੇ ਦਾਂਗਾ। ਤੁਸੀਂ ਇਸ ਲਿੰਕ ਦੇ ਉੱਪਰ ਕਲਿੱਕ ਕਰਕੇ ਅਤੇ ਉਹ ਜਿਹੜੀ ਵੀਡੀਓ ਆ ਉਹ ਦੇਖ ਕੇ ਤੁਸੀਂ ਆਪਣੀ ਵੈਸ ਜਿਹੜੀ ਉਹ ਕਰਵਾ ਸਕਦੇ ਹੋ। ਸੋ ਅੱਜ ਅਸੀਂ ਗੱਲ ਕਰਾਂਗੇ ਇੱਥੇ ਫਿਲਹਾਲ ਤੁਹਾਡੀ ਲੈਵਲ ਆਫ ਐਜੂਕੇਸ਼ਨ। ਸਪੋਜ਼ ਤੁਹਾਡਾ ਮਾਸਟਰ ਡਿਗਰੀ ਕੀਤੀ ਹੈ ਤੁਸੀਂ ਤਾਂ ਤੁਸੀਂ ਇੱਥੇ ਮਾਸਟਰ ਡਿਗਰੀ ਜਿਹੜੀ ਆ ਉਹ ਸਿਲੈਕਟ ਕਰ ਲਓਗੇ। ਉਸ ਤੋਂ ਬਾਅਦ ਤੁਹਾਡੇ ਕੋਲ ਆ ਰਿਹਾ ਜੇ ਤੁਸੀਂ ਬੈਚਲਰ ਕੀਤੀ ਆ ਤੁਸੀਂ ਬੈਚਲਰ ਕਰ ਲਓਗੇ, ਡਾਕਟਰੇਟ ਕੀਤੀ ਆ PhD ਤਾਂ ਇੱਥੇ ਕਰ ਲਓਗੇ। ਚਲੋ ਆਪਾਂ ਮਾਸਟਰ ਲਗਾ ਕੇ ਚੱਲਦੇ ਹਾਂ। ਉਸ ਤੋਂ ਬਾਅਦ ਉਹ ਤੁਹਾਨੂੰ ਕਹਿ ਰਿਹਾ ਕਿ ਤੁਸੀਂ ਕੋਈ ਕੈਨੇਡੀਅਨ ਡਿਗਰੀ ਜਾਂ ਡਿਪਲੋਮਾ ਜਾਂ ਸਰਟੀਫਿਕੇਟ ਅਰਨ ਕੀਤਾ ਤੁਸੀਂ ਇੱਥੇ ਯੈਸ ਕਰ ਦੋਗੇ ਅਗਰ ਤੁਹਾਡੇ ਕੋਲ ਇੱਥੇ ਦੀ ਵੀ ਤੁਹਾਡੇ ਕੋਲ ਕੋਈ ਐਜੂਕੇਸ਼ਨ ਹੈਗੀ ਹੈ। ਅਤੇ ਉਸ ਤੋਂ ਬਾਅਦ ਤੁਹਾਡੇ ਕੋਲ ਕਹਿ ਰਿਹਾ ਕਿ ਲੈਵਲ ਆਫ ਐਜੂਕੇਸ਼ਨ ਕੀ ਆ ਤੁਹਾਡਾ, ਜੇ ਤੁਸੀਂ ਇੱਥੇ ਮਾਸਟਰ ਡਿਗਰੀ ਕੀਤੀ ਆ ਜਾਂ PhD ਕੀਤੀ ਆ ਤੁਸੀਂ ਇੱਥੇ ਕਲਿੱਕ ਕਰੋਗੇ। ਅਗਰ ਤੁਸੀਂ 1-2 ਈਅਰ ਦਾ ਡਿਪਲੋਮਾ ਕੀਤਾ ਤਾਂ ਤੁਸੀਂ ਇੱਥੇ ਸਿਲੈਕਟ ਕਰ ਲੈਣਾ। ਮੋਸਟਲੀ ਇਹੀ ਤੁਹਾਡੇ ਚਾਹੂਗਾ ਜੇ ਤੁਸੀਂ ਕਾਲਜ ਤੋਂ ਐਜੂਕੇਸ਼ਨ ਕੀਤੀ ਆ। ਉਸ ਤੋਂ ਬਾਅਦ ਤੁਹਾਡੇ ਕੋਲ ਕਹਿ ਰਿਹਾ ਕਿ ਅਫੀਸ਼ੀਅਲ ਲੈਂਗੁਏਜ ਤੁਸੀਂ ਇੱਥੇ ਕੋਈ ਕੀਤੀ ਆ ਤੁਸੀਂ ਇਹਦੇ ਵਿੱਚ ਯੈਸ ਕਰੋਗੇ ਕਿਉਂਕਿ ਤੁਹਾਨੂੰ ਆਇਲਸ ਕਰਨੀ ਪੈਣੀ ਆ। ਇੱਥੇ ਤੁਸੀਂ ਸਿਲੈਕਟ ਕਰੋਗੇ, ਇਹ ਜਿਹੜੀਆਂ ਵੱਖੋ ਵੱਖਰੀਆਂ ਟੈਸਟ ਨੇ ਉਹ ਅਸੈਪਟ ਕਰਦੇ ਨੇ ਜਿਵੇਂ ਕਿ ਆਇਲਸ, ਸੈਲ ਪਿਪ ਅਤੇ TEF, ਫਿਰ ਜਿਹੜੀ ਵੀ ਕੀਤਾ ਹੋਊਗਾ ਟੈਸਟ ਤੁਸੀਂ ਉਹ ਸਿਲੈਕਟ ਕਰਨਾ। ਮੈਂ ਇੱਥੇ ਆਇਲਸ ਦੇ ਨਾਲ ਲਗਾ ਕੇ ਚੱਲਦਾ। ਉਸ ਤੋਂ ਬਾਅਦ ਤੁਸੀਂ ਇੱਥੇ ਆਪਣੇ ਜਿਹੜੇ ਤੁਹਾਡੇ ਸਕੋਰ ਆਏ ਨੇ ਬੈਂਡ ਸਕੋਰ ਉਹ ਤੁਸੀਂ ਭਰਨੇ ਆ। ਸੋ ਇੱਕ ਗੱਲ ਯਾਦ ਰੱਖੋ ਕਿ ਜਿਹੜੀ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਵਿੱਚ ਪੁਆਇੰਟ ਨੇ ਉਹਨਾਂ ਦੇ ਸਭ ਤੋਂ ਵੱਡਾ ਫੈਕਟਰ ਇਹ ਆ ਆਇਲਸ ਦਾ। ਅਗਰ ਤੁਹਾਡੇ ਇੱਥੇ ਬੈਂਡ ਚੰਗੇ ਆ ਜਾਂਦੇ ਆ ਤਾਂ ਤੁਹਾਡੇ ਜਿਹੜੇ ਸਕੋਰ ਆ ਉਹ ਬਹੁਤ ਜ਼ਿਆਦਾ ਅੱਪ ਚੱਲ ਜਾਏਗਾ। ਜੇ ਤੁਹਾਡਾ CLB ਲੈਵਲ 8 ਆ ਜਾਂਦਾ ਜਾਂ ਉਹਦੇ ਹਿਸਾਬ ਨਾਲ ਤੁਹਾਡੇ ਜਿਹੜੇ ਪੁਆਇੰਟ ਆ ਉੱਪਰ ਥੱਲੇ ਹੋਣਗੇ। ਸੋ ਆਪਾਂ ਰੈਂਡਮਲੀ ਲਗਾ ਕੇ ਚੱਲਦੇ ਹਾਂ। ਸਪੀਕਿੰਗ 'ਚੋਂ 7 ਲਗਾ ਲਓ, ਲਿਸਨਿੰਗ 'ਚੋਂ 7.5 ਲਗਾ ਲਓ, ਰੀਡਿੰਗ 'ਚੋਂ 6.5 ਲਗਾ ਲਓ, ਰਾਈਟਿੰਗ 'ਚੋਂ 7 ਲਗਾ ਲਓ। ਸੋ ਇਸ ਤਰੀਕੇ ਦੇ ਨਾਲ ਮੈਂ ਰੈਂਡਮਲੀ ਭਰਤੇ ਨੇ, ਹੈ ਨਾ। ਉਸ ਤੋਂ ਬਾਅਦ ਤੁਹਾਡੇ ਕੋਲ ਕਹਿ ਰਿਹਾ ਕਿ ਡੂ ਯੂ ਹੈਵ ਅਦਰ ਲੈਂਗੁਏਜ, ਜੇ ਤੁਸੀਂ ਇਸ ਤੋਂ ਬਿਨਾਂ ਆਇਲਸ ਤੋਂ ਬਿਨਾਂ ਕੋਈ ਹੋਰ ਟੈਸਟ ਦਿੱਤਾ ਤਾਂ ਤੁਸੀਂ ਸਿਲੈਕਟ ਕਰ ਲਓਗੇ, ਅਦਰਵਾਈਜ਼ ਤੁਸੀਂ ਨੋਟ ਐਪਲੀਕੇਬਲ ਕਰ ਦੇਣਾ। ਉਸ ਤੋਂ ਬਾਅਦ ਅਗਲੀ ਆਪਸ਼ਨ ਆ ਗਈ ਆ ਵਰਕ ਐਕਸਪੀਰੀਅੰਸ। ਸੋ ਇਹਦੇ ਵਾਸਤੇ ਇੱਕ ਗੱਲ ਯਾਦ ਰੱਖੋ, ਅਗਰ ਤੁਸੀਂ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਵਿੱਚ ਲਗਾ ਰਹੇ ਹੋ ਤਾਂ ਸਿਰਫ ਤੁਹਾਡੀ ਜਿਹੜੀ ਨੌਕ OA ਅਤੇ B, ਇਹ ਤਿੰਨ ਜਿਹੜੀਆਂ ਨੌਕ ਨੇ ਇਹਦੀਆਂ ਜੋਬ ਹੀ ਕੰਸੀਡਰ ਹੋਣਗੀਆਂ। ਅਗਰ ਤੁਸੀਂ ਨੌਕ C ਦੀ ਜੋਬ ਕਰ ਰਹੇ ਹੋ ਤਾਂ ਫਿਰ ਤੁਹਾਡੀ ਜਿਹੜੀ ਆ ਉਹਦੇ ਪੁਆਇੰਟ ਤੁਹਾਨੂੰ ਨਹੀਂ ਮਿਲਣਗੇ, ਉਹਦੇ ਵਾਸਤੇ ਤੁਹਾਡੀ ਨੌਕ B ਹੋਣੀ ਜ਼ਰੂਰੀ ਆ। ਹੁਣ ਤੁਸੀਂ ਆਪਣੀ ਨੌਕ ਜਿਹੜੀ ਆ ਉਹ ਕਿਸ ਤਰੀਕੇ ਨਾਲ ਲੱਭਣੀ ਆ ਉਹ ਵੀ ਮੈਂ ਇੱਕ ਸੈਪਰੇਟ ਵੀਡੀਓ ਦੇ ਵਿੱਚ ਤੁਹਾਨੂੰ ਦੱਸ ਦਾਂਗਾ। ਉਹ ਵੀ ਇੱਥੇ ਕੋਰਨਰ ਦੇ ਵਿੱਚ, ਰਾਈਟ ਕੋਰਨਰ ਦੇ ਉੱਪਰ ਇੱਥੇ ਲਿੰਕ ਆ ਰਿਹਾ, ਤੁਸੀਂ ਲਿੰਕ 'ਤੇ ਕਲਿੱਕ ਕਰਕੇ, ਮੈਂ ਇੱਥੇ ਲਿੰਕ ਸ਼ੋ ਕਰ ਦਿੰਦਾ, ਤੁਸੀਂ ਇੱਥੇ ਲਿੰਕ 'ਤੇ ਕਲਿੱਕ ਕਰਕੇ ਅਤੇ ਜਿਹੜੀ ਆਪਣੀ ਆ ਵੀਡੀਓ ਵੇਖ ਕੇ ਅਤੇ ਉੱਥੋਂ ਤੁਸੀਂ ਆਪਣਾ ਪਤਾ ਕਰ ਸਕਦੇ ਹੋ ਕਿ ਤੁਸੀਂ ਆਪਣਾ ਨੌਕ ਕੋਡ ਜਿਹੜਾ ਉਹ ਕਿੱਦਾਂ ਫਾਇੰਡ ਆਊਟ ਕਰਨਾ। ਸੋ ਅਗਰ ਤੁਹਾਡਾ ਨੌਕ ਕੋਡ ਦੇ ਵਿੱਚ ਆ ਰਿਹਾ ਤਾਂ ਤੁਸੀਂ ਜਿਹੜਾ ਆਪਣਾ ਸਰਟੀਫਿਕੇਟ ਬਣਾਓਗੇ ਐਕਸਪੀਰੀਅੰਸ ਦਾ, ਉਹ ਵੀ ਮੈਂ ਤੁਹਾਡੇ ਨਾਲ ਕਿਤੇ ਸੈਪਰੇਟ ਵੀਡੀਓ ਆਪਾਂ ਬਣਾ ਲਾਂਗੇ, ਉਹਦੇ 'ਚ ਸ਼ੇਅਰ ਕਰਾਂਗਾ ਕਿਸ ਤਰੀਕੇ ਦਾ ਕਿਹੜੀ ਕਿਹੜੀ ਚੀਜ਼ਾਂ ਦਾ ਧਿਆਨ ਰੱਖਣਾ ਹੁੰਦਾ ਉਹਦੇ ਵਿੱਚ। ਅਤੇ ਉਸ ਤੋਂ ਬਾਅਦ ਤੁਸੀਂ ਆਪਣਾ ਇੱਥੇ ਐਕਸਪੀਰੀਅੰਸ ਜਿਹੜਾ ਉਹ ਘੱਟੋ ਘੱਟ ਤੁਹਾਨੂੰ 1 ਸਾਲ ਦਾ ਐਕਸਪੀਰੀਅੰਸ ਚਾਹੀਦਾ ਤਾਂ ਤੁਹਾਨੂੰ ਪੁਆਇੰਟ ਮਿਲਣਗੇ। ਤੁਸੀਂ ਇੱਥੇ 1 ਈਅਰ ਕਰ ਦੇਣਾ। ਉਸ ਤੋਂ ਬਾਅਦ ਉਹ ਕਹਿ ਰਿਹਾ ਇਨ ਦੀ ਲਾਸਟ 10 ਈਅਰਸ ਹਾਓ ਮੈਨੀ ਟੋਟਲ ਈਅਰਸ ਆਫ ਫੋਰਨ ਸਕਿੱਲ ਵਰਕ। ਓਕੇ, ਹੁਣ ਇਹ ਤੁਹਾਡਾ ਅਗਲਾ ਕੁਸ਼ਚਨ ਪੁੱਛ ਰਿਹਾ ਕਿ ਜੇ ਤੁਸੀਂ ਬੈਕ ਹੋਮ ਕੰਟਰੀ ਦੇ ਵਿੱਚ ਜਿੱਥੋਂ ਤੁਸੀਂ ਪਹਿਲਾਂ ਜਾਂ ਕਿਸੇ ਹੋਰ ਕੰਟਰੀ 'ਚ ਤੁਸੀਂ ਰਹਿੰਦੇ ਰਹੇ ਆ ਉੱਥੇ ਜੇ ਤੁਹਾਡਾ ਕੋਈ ਐਕਸਪੀਰੀਅੰਸ ਹੈਗਾ ਤਾਂ ਤੁਸੀਂ ਇੱਥੇ ਮੈਂਸ਼ਨ ਕਰੋਗੇ, ਬਟ ਉਹਦੀ ਇਕੁਲੈਂਸੀ ਵੀ ਨੌਕ OAB ਦੇ ਇਕੁਲੈਂਟ ਹੋਣੀ ਚਾਹੀਦੀ ਆ ਕਿ ਉਹਦੀਆਂ ਜੋਬ ਡਿਊਟੀਜ਼ ਉਹ ਸਾਰਾ ਕੁਛ ਉਹਦੇ ਨਾਲ ਮੈਚ ਕਰਨਾ ਚਾਹੀਦਾ। ਅਤੇ ਤੁਸੀਂ ਇੱਥੇ ਆਪਣਾ ਸਿਲੈਕਟ ਕਰ ਲਓਗੇ, ਸਪੋਜ਼ ਤੁਸੀਂ 3 ਈਅਰ ਔਰ ਮੋਰ ਕਰਤਾ ਜਾਂ ਜਿੰਨਾ ਵੀ ਤੁਹਾਡਾ ਹੈਗਾ। ਅਗਰ ਨਹੀਂ ਹੈਗਾ ਤਾਂ ਤੁਸੀਂ 0 ਕਰ ਦੇਣਾ, ਨਨ ਔਰ ਲੈਸ ਦੈਨ ਕਰ ਦੇਣਾ। ਅਗਰ ਹੈਗਾ 3 ਸਾਲ ਦਾ ਕਰ ਦਿਓ, 3 ਸਾਲ ਦੇ ਮੈਕਸੀਮਮ ਪੁਆਇੰਟ ਮਿਲਣਗੇ। ਉਸ ਤੋਂ ਅਗਲੀ ਚੀਜ਼ ਆ ਰਹੀ ਆ ਡੂ ਯੂ ਹੈਵ ਸਰਟੀਫਿਕੇਟ ਕੁਆਲੀਫਿਕੇਸ਼ਨ। ਇਹਦੇ ਵਿੱਚ ਮਤਲਬ ਇਹਦਾ ਕੀ ਆ ਕਿ ਇਹ ਤੁਹਾਡੇ ਕੋਲ ਕੁਝ ਲੋਕ ਨੇ ਜਿਹੜੇ ਇੱਥੇ ਸਕਿੱਲ ਟ੍ਰੇਡ ਦੇ ਵਿੱਚ ਕੋਈ ਸਰਟੀਫਿਕੇਟ ਲੈ ਲੈਂਦੇ ਨੇ, ਜਿਵੇਂ ਪ੍ਰੋਫੈਸ਼ਨਲ ਵੈਲਡਰ ਹੋ ਗਏ ਜਾਂ ਕੋਈ ਇੱਦਾਂ ਦੇ। ਜੇ ਤੁਹਾਡੇ ਕੋਲ ਇੱਦਾਂ ਦਾ ਕੋਈ ਸਰਟੀਫਿਕੇਟ ਹੈਗਾ ਤਾਂ ਤੁਸੀਂ ਇੱਥੇ ਯੈਸ ਕਰੋਗੇ, ਅਦਰਵਾਈਜ਼ ਨੋ ਕਰੋਗੇ। ਮੋਸਟ ਕੇਸਿਸ ਵਿੱਚ ਨੋ ਹੀ ਆਉਣਾ। ਜੇ ਤੁਹਾਡੇ ਕੋਲ ਇਨ ਕੇਸ ਹੈਗਾ ਤਾਂ ਤੁਸੀਂ ਯੈਸ ਕਰ ਲਓ। ਉਸ ਤੋਂ ਬਾਅਦ ਕਹਿ ਰਿਹਾ ਕਿ ਡੂ ਯੂ ਹੈਵ ਵੈਲਿਡ ਜੋਬ ਆਫਰ ਫਰੋਮ ਬਾਏ ਦੀ ਲੇਬਰ ਮਾਰਕੀਟ। ਇਹ ਹੈਗੀ ਹੈ ਤੁਹਾਡੀ LMIE ਵਾਸਤੇ। ਅਗਰ ਤੁਸੀਂ LMIE ਦੇ ਥਰੂ ਲਗਾ ਰਹੇ ਹੋ ਫਾਈਲ ਫਿਰ ਤੁਸੀਂ ਇਹਨੂੰ ਯੈਸ ਕਰੋਗੇ। ਅਗਰ ਤੁਸੀਂ ਸਿੰਪਲ ਫਾਈਲ ਲਗਾ ਰਹੇ ਹੋ ਫਿਰ ਤੁਸੀਂ ਇੱਥੇ ਨੋ ਕਰ ਦੇਣਾ। ਜੇਕਰ ਤੁਸੀਂ ਲੇਬਰ ਮਾਰਕੀਟ LMIE ਦੇ
ਦਾ ਤੁਹਾਡੇ ਕੋਲ ਕੋਈ ਪਰੂਫ ਹੈਗਾ, ਤੁਸੀਂ ਡਾਕੂਮੈਂਟ ਇੰਪਲਾਇਰ ਤੋਂ ਲੈ ਰਹੇ ਹੋ, ਫਿਰ ਤੁਸੀਂ ਇੱਥੇ ਯੈਸ ਕਰਨਾ, ਨਹੀਂ ਤਾਂ ਨੋ ਕਰ ਦੇਣਾ। ਉਸ ਤੋਂ ਬਾਅਦ ਅਗਲੀ ਗੱਲ ਆਉਂਦੀ ਆ, ਵੀ ਹੈਵ ਨੋਮੀਨੇਸ਼ਨ। ਇਹ ਹੈਗਾ ਵਾ ਕਿ ਜਿਹੜੀ ਤੁਸੀਂ ਕਿਸੇ ਪ੍ਰੋਵਿੰਸ ਤੋਂ ਜੇ ਤੁਹਾਨੂੰ PNP ਮਿਲਦੀ ਆ, ਜੇ ਤੁਸੀਂ PNP ਦੇ ਵਿੱਚ ਫਾਈਲ ਲਗਾ ਰਹੇ ਹੋ, ਪ੍ਰੋਵਿੰਸ਼ੀਅਲ ਨੋਮੀਨੇਸ਼ਨ ਦਾ ਸਰਟੀਫਿਕੇਟ ਤੁਹਾਨੂੰ ਮਿਲਿਆ, ਫਿਰ ਤੁਸੀਂ ਇੱਥੇ ਯੈਸ ਕਰਨਾ, ਨਹੀਂ ਤਾਂ ਨੋ ਕਰ ਦੇਣਾ। ਉਸ ਤੋਂ ਬਾਅਦ ਕਹਿ ਰਿਹਾ ਵਾ, ਦੇਖੋ ਅਗਲਾ ਕੁਐਸਚਨ ਜਿਹੜਾ ਹੈ ਇਹਦੇ ਵਿੱਚ ਉਹ ਪੁੱਛ ਰਿਹਾ ਤੁਹਾਨੂੰ, ਤੁਸੀਂ ਅਗਰ ਤੁਹਾਡਾ ਬ੍ਰਦਰ ਜਾਂ ਸਿਸਟਰ, ਤੁਹਾਡਾ ਜਾਂ ਤੁਹਾਡੀ ਵਾਈਫ ਦਾ ਇੱਥੇ PR ਪਰਮਾਨੈਂਟ ਰੈਜੀਡੈਂਟ ਜਾਂ ਫਿਰ ਸਿਟੀਜਨ ਆ, ਫਿਰ ਤੁਸੀਂ ਇੱਥੇ ਯੈਸ ਕਰੋਗੇ ਤਾਂ ਉਹਦਾ ਫਾਇਦਾ ਕੀ ਹੋਵੇ, ਤੁਹਾਨੂੰ ਪੁਆਇੰਟ ਮਿਲਣਗੇ। ਅਗਰ ਨਹੀਂ ਆ ਤਾਂ ਫਿਰ ਤੁਸੀਂ ਇਹਨੂੰ ਨੋ ਕਰ ਦੇਣਾ। ਇਹ ਡਿਪੈਂਡ ਕਰਦਾ ਤੁਹਾਡਾ ਕੀ ਸਰਕਮਸਟਾਂਸ ਆ। ਉਸ ਤੋਂ ਬਾਅਦ ਜਦ ਤੁਸੀਂ ਇੱਥੇ ਕਲਿੱਕ ਕਰੋਗੇ ਕੈਲਕੂਲੇਟ ਯੂਅਰ ਸਕੋਰ, ਅਤੇ ਇਹ ਸਾਰੇ ਫੈਕਟਰ ਨੇ ਜਿਹਨਾਂ ਜਿਹਦੇ ਨਾਲ ਤੁਹਾਡੇ ਪੁਆਇੰਟ ਤੁਹਾਨੂੰ ਮਿਲੇ ਨੇ, ਹੈ ਨਾ। ਉਸ ਤੋਂ ਬਾਅਦ ਥੱਲੇ ਜਾਓਗੇ ਤਾਂ ਇਹ ਤੁਹਾਡੇ ਸਕੋਰ ਆ ਗਿਆ 503, 503 ਜਿਹੜੇ ਪੁਆਇੰਟ ਤੁਹਾਡੇ ਬਣ ਗਏ। ਇੱਕ ਚੀਜ਼ ਇੱਥੇ ਹੁਣ ਯਾਦ ਰੱਖੋ, ਜਿਹੜੇ ਤੁਹਾਡੇ ਇੱਥੇ ਸਕੋਰ ਬਣ ਗਏ ਨੇ 503, ਜਾਂ ਤੁਸੀਂ ਇਹਨੂੰ ਆਪਣੀ ਫਾਈਲ ਪੂਲ ਦੇ ਵਿੱਚ ਪਾਓਗੇ ਤਾਂ ਉੱਥੇ ਇਹ ਸਕੋਰ ਥੋੜ੍ਹਾ ਬਹੁਤ ਵੇਰੀ ਹੋ ਜਾਂਦਾ। ਯਾਨੀ ਜੇ ਤੁਹਾਡਾ 503 ਆ ਰਿਹਾ, ਉੱਥੇ ਹੋ ਸਕਦਾ ਤੁਹਾਡਾ 500 ਰਹਿ ਜਾਵੇ ਜਾਂ 504 ਵੀ ਹੋ ਸਕਦਾ। ਸੋ ਉੱਥੇ ਜਦ ਤੁਸੀਂ ਫਾਈਨਲ ਪੂਲ ਦੇ ਵਿੱਚ ਫਾਈਲ ਪਾਓਗੇ, ਉੱਥੇ ਤੁਹਾਨੂੰ ਸਕੋਰ ਵੀ ਸ਼ੋਅ ਕਰੇਗਾ। ਉਹ ਫਾਈਲ ਕਿੱਦਾਂ ਆਪਾਂ ਸਬਮਿਟ ਕਰਨੀ ਆ, ਕਿੱਦਾਂ ਪੂਲ 'ਚ ਫਾਈਲ ਪਾਉਣੀ ਆਪਾਂ PR ਦੀ, ਉਹ ਆਪਾਂ ਇੱਕ ਸੈਪਰੇਟ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ, ਜਿਵੇਂ ਮੈਨੂੰ ਕਾਫੀ ਜਣਿਆਂ ਨੇ ਪੁੱਛਿਆ ਉਹ ਵੀ ਆਪਾਂ ਡਿਸਕਸ ਕਰਾਂਗੇ। ਬਟ ਅੱਜ ਆਪਾਂ ਇੱਥੇ ਗੱਲ ਕਰ ਰਹੇ ਹਾਂ ਕਿ ਪੁਆਇੰਟਸ ਕਿਵੇਂ ਕੈਲਕੂਲੇਟ ਕਰਨੇ ਆ। ਸੋ ਇਹ ਹੈਗਾ ਸੀਗਾ, ਜੇ ਤੁਸੀਂ ਸਿੰਗਲ ਐਪਲੀਕੈਂਟ ਹੋ ਉਸ ਕੇਸ ਵਾਸਤੇ ਤੁਹਾਡੇ ਇੰਨੇ ਪੁਆਇੰਟ ਬਣ ਜਾਣਗੇ। ਜਿੱਦਾਂ ਆਪਾਂ ਉੱਪਰ ਚੱਲਦੇ ਫਿਰ ਬੈਕ, ਇੱਥੇ ਦੇਖੋ ਮੈਂ ਤੁਹਾਨੂੰ ਸ਼ੁਰੂ ਤੋਂ ਆ ਜਾਂਦਾ। ਫਿਰ ਇੱਥੇ ਉਹ ਸੀਗਾ, ਆਪਾਂ ਡਿਸਕਸ ਕੀਤਾ ਕਿ ਅਗਰ ਬੰਦਾ ਸਿੰਗਲ ਆ ਅਤੇ ਉਹਦੇ ਉਹਨੇ ਸਿੰਗਲ ਕੀਤਾ, ਜੇ ਤੁਸੀਂ ਇੱਥੇ ਮੈਰਿਡ ਹੋ ਅਤੇ ਤੁਸੀਂ ਆਪਣਾ ਤੁਹਾਡੀ ਵਾਈਫ ਜਾਂ ਹਸਬੈਂਡ ਵੀ ਉਹਦੀ ਵੀ ਲਗਾਉਣੀ ਨਾਲ ਫਾਈਲ, ਤਾਂ ਤੁਸੀਂ ਇੱਥੇ ਮੈਰਿਡ ਕਰੋਗੇ। ਮੈਰਿਡ ਕਰਨ ਤੋਂ ਬਾਅਦ ਤੁਹਾਨੂੰ ਇੱਥੇ ਇੱਕ ਐਕਸਟਰਾ ਕੁਐਸਚਨ ਪੁੱਛੇਗਾ ਕਿ ਤੁਹਾਡਾ ਜਿਹੜਾ ਵਾਈਫ ਜਾਂ ਹਸਬੈਂਡ ਆ ਉਹ ਸਿਟੀਜਨ ਹੈਗਾ ਇੱਥੇ ਪਹਿਲਾਂ। ਜੇ ਸਿਟੀਜਨ ਹੈਗਾ ਤਾਂ ਤੁਸੀਂ ਯੈਸ ਕਰ ਦੇਣਾ, ਨਹੀਂ ਹੈਗਾ ਤਾਂ ਤੁਸੀਂ ਨੋ ਕਰ ਦੇਣਾ। ਉਸ ਤੋਂ ਬਾਅਦ ਤੁਹਾਨੂੰ ਕਹਿ ਰਿਹਾ ਕਿ ਵਿਲ ਯੂਅਰ ਸਪਾਊਸ ਕਾਮਨ ਲਾਅ ਪਾਰਟਨਰ ਕਮ ਵਿਦ ਯੂ ਟੂ ਕੈਨੇਡਾ। ਜੇ ਤੁਸੀਂ ਆਪਣੇ ਸਪਾਊਸ ਦੇ ਨਾਲ PR ਦੀ ਫਾਈਲ ਲਗਾ ਰਹੇ ਹੋ ਤਾਂ ਆਫਕੋਰਸ ਤੁਸੀਂ ਇੱਥੇ ਯੈਸ ਕਰੋਗੇ। ਅਗਰ ਤੁਸੀਂ ਉਹਦੀ ਫਾਈਲ ਨਹੀਂ ਲਗਾ ਰਹੇ, ਤੁਸੀਂ ਸਿੰਗਲ ਫਾਈਲ ਲਗਾਉਣੀ ਆ, ਤਾਂ ਤੁਸੀਂ ਇੱਥੇ ਨੋ ਕਰੋਗੇ। ਇੱਥੇ ਕਈ ਲੋਕ ਨੋ ਵੀ ਕਰਦੇ ਨੇ, ਉਹਦਾ ਰੀਜ਼ਨ ਇੱਕ ਹੋਰ ਆ। ਉਹਦਾ ਰੀਜ਼ਨ ਇਹ ਹੈ ਕਿ ਜਦੋਂ ਤੁਸੀਂ ਆਪਣੇ ਸਪਾਊਸ ਦੇ ਨਾਲ ਐਡ ਕਰਦੇ ਹੋ ਫਾਈਲ, ਤਾਂ ਤੁਹਾਡੇ ਜਿਹੜੇ ਪੁਆਇੰਟ ਨੇ ਉਹ ਥੱਲੇ ਆ ਜਾਂਦੇ, ਕਈ ਵਾਰ ਥੋੜ੍ਹਾ ਬਹੁਤ ਫਰਕ ਪੈ ਜਾਂਦਾ ਹੁੰਦਾ ਥੱਲੇ ਆਉਂਦੇ ਆ। ਸੋ ਜਿਹਦੇ ਘੱਟਦੇ ਹੋਣ ਫਿਰ ਇਸ ਤਰੀਕੇ ਦੇ ਨਾਲ ਕਈ ਵਾਰ ਲੋਕ ਸਿੰਗਲ ਲਗਾਉਂਦੇ ਆ, ਪਰ ਈਜ਼ੀ ਵੇ ਆ ਕਿ ਤੁਸੀਂ ਨਾਲ ਹੀ ਲਗਾਓ, ਬੈਟਰ ਇਹ ਹੁੰਦਾ ਕਿ ਤੁਸੀਂ ਨਾਲ ਹੀ ਲਗਾਓ ਆਪਣੇ ਸਪਾਊਸ ਦੀ ਫਾਈਲ ਵੀ। ਸੋ ਇਹ ਬਾਕੀ ਸਾਰੇ ਕੁਐਸਚਨ ਉਹੀ ਸੇਮ ਨੇ ਜਿਹੜੇ ਆਪਾਂ ਪਹਿਲਾਂ ਭਰੇ ਸੀਗੇ। ਉਸ ਤੋਂ ਬਾਅਦ ਥੱਲੇ ਜਾ ਕੇ ਲਾਸਟ 'ਤੇ ਦੇਖੋ ਅਗਲੇ, ਹੁਣ ਆਪਾਂ ਉੱਥੇ ਜਦੋਂ ਮੈਰਿਡ ਕੀਤਾ ਤਾਂ ਇੱਥੇ ਥੱਲੇ ਸਾਡੇ ਕੋਲ ਐਕਸਟਰਾ ਆਪਸ਼ਨ ਖੁੱਲ੍ਹ ਗਿਆ, ਨੰਬਰ 11 ਆ ਜਾਏਗਾ ਤੁਹਾਡੇ ਕੋਲ। ਉਹ ਤੁਹਾਨੂੰ ਪੁੱਛ ਰਿਹਾ ਕਿ ਤੁਹਾਡੇ ਸਪਾਊਸ ਦੀ ਐਜੂਕੇਸ਼ਨ ਕੀ ਆ। ਤੁਸੀਂ ਇੱਥੇ ਜਿਹੜੀ ਉਹਦੀ ਐਜੂਕੇਸ਼ਨ ਤੁਹਾਡੇ ਸਪਾਊਸ ਦੀ ਹੋਊਗੀ, ਤੁਸੀਂ ਉਹ ਸਿਲੈਕਟ ਕਰ ਦੇਣੀ। ਅਗਰ ਮਾਸਟਰ ਡਿਗਰੀ ਆ, ਤੁਸੀਂ ਮਾਸਟਰ ਡਿਗਰੀ ਕਰ ਦੋਗੇ। ਉਸ ਤੋਂ ਬਾਅਦ ਉਹ ਤੁਹਾਨੂੰ ਕਿਹਾ ਪੁੱਛ ਰਿਹਾ ਕਿ ਸਕਿਲਡ ਵਰਕ ਐਕਸਪੀਰੀਅੰਸ ਹੈਗਾ ਤੁਹਾਡੇ ਸਪਾਊਸ ਦਾ ਕੈਨੇਡਾ 'ਚ, ਇਹ ਨੋ ਆ ਜਾਏਗਾ। ਅਗਰ ਤੁਹਾਡਾ ਹੈਗਾ ਤਾਂ ਉੱਥੇ ਤੁਸੀਂ ਭਰ ਦੇਣਾ 1-2 ਜਿੰਨਾ ਵੀ ਹੋਏਗਾ, ਅਤੇ ਮੈਂ ਇਹਨੂੰ ਨਨ ਕਰਕੇ ਚੱਲ ਰਿਹਾ। ਨੈਕਸਟ, ਉਸ ਤੋਂ ਬਾਅਦ ਅਗਲਾ ਕੁਐਸਚਨ ਹੈ, ਡਿਡ ਯੂਅਰ ਸਪਾਊਸ ਕਾਮਨ ਲਾਅ ਪਾਰਟਨਰ ਟੇਕ ਲੈਂਗੁਏਜ ਟੈਸਟ। ਅਗਰ ਉਹਨਾਂ ਨੇ ਆਇਲਸ ਦਾ ਟੈਸਟ ਦਿੱਤਾ ਜਾਂ ਸੈਲ ਪੇਪਰ ਦਾ ਜਾਂ ਜਿਹੜਾ ਵੀ ਟੈਸਟ ਦਿੱਤਾ, ਤੁਸੀਂ ਉੱਥੇ ਕਰ ਦੇਣਾ। ਮੈਂ ਆਇਲਸ ਕਰ ਲੈਣਾ। ਆਇਲਸ ਦੇ ਵਿੱਚ ਤੁਸੀਂ ਇੱਥੇ ਦੇਖੋ 7, 6, 6, 6.5 ਇੱਦਾਂ ਹੀ ਭਰਤੇ ਮੈਂ। ਉਸ ਤੋਂ ਬਾਅਦ ਤੁਸੀਂ ਜਦ ਕੈਲਕੂਲੇਟ ਸਕੋਰ ਕਰੋਗੇ ਤਾਂ ਇੱਥੇ ਤੁਹਾਡੇ ਸਪਾਊਸ ਦਾ ਦੇਖੋ ਆਹ ਅਡੀਸ਼ਨਲ ਪੁਆਇੰਟ ਜਿਹੜੇ ਤੁਹਾਡੇ ਸਪਾਊਸ ਦੇ ਉਹ ਵੀ ਐਡ ਹੋ ਗਏ, ਅਤੇ ਹੁਣ ਦੇਖੋ ਸਕੋਰ ਕਿੰਨੇ ਰਹਿ ਗਏ, 497। ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਕਿ ਜਦ ਤੁਸੀਂ ਸਪਾਊਸ ਦਾ ਨਾਲ ਐਡ ਕਰੋਗੇ ਤਾਂ ਤੁਹਾਡੇ ਸਕੋਰ ਜਿਹੜੇ ਆ ਉਹ ਥੱਲੇ ਥੋੜ੍ਹੇ ਥੱਲੇ ਆਉਣਗੇ, ਅਤੇ ਜਦ ਤੁਸੀਂ ਇਹ ਫਾਈਲ ਪੂਲ ਦੇ ਵਿੱਚ ਪਾਓਗੇ ਉੱਥੇ ਥੋੜ੍ਹੀ ਬਹੁਤੀ ਵੇਰੀਏਸ਼ਨ ਜਿਹੜੀ ਆ ਪੁਆਇੰਟਸ ਦੀ ਉਹ ਹੋਰ ਵੀ ਹੋ ਸਕਦੀ ਆ। ਸੋ ਇਹ ਸੀ ਸਾਰਾ ਦੋਸਤੋ ਪ੍ਰੋਸੈਸ ਜਿਹਦੇ ਨਾਲ ਤੁਸੀਂ ਆਪਣੇ ਕੈਨੇਡੀਅਨ ਐਕਸਪੀਰੀਅੰਸ ਵਾਸਤੇ ਆਪਣੇ ਪੁਆਇੰਟ ਜਿਹੜੇ ਆ ਉਹ ਇਸ ਤਰੀਕੇ ਦੇ ਨਾਲ ਕੈਲਕੂਲੇਟ ਕਰ ਸਕਦੇ ਹੋ। ਸੋ ਜੇਕਰ ਤੁਹਾਡਾ ਇਹਦੇ ਰਿਗਾਰਡਿੰਗ ਕੋਈ ਵੀ ਕੁਐਸਚਨ ਹੈਗਾ ਤਾਂ ਤੁਸੀਂ ਇੱਥੇ ਥੱਲੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰੋ, ਅਤੇ ਤੁਸੀਂ ਮੈਨੂੰ ਈਮੇਲ ਵੀ ਕਰ ਸਕਦੇ ਹੋ। ਈਮੇਲ ਹੈਗੀ ਆ helpinair@gmail.com। ਸੋ ਦੋਸਤੋ, ਇਸ ਵੀਡੀਓ ਵਿੱਚ ਮੈਂ ਤੁਹਾਡੇ ਨਾਲ ਸਾਰੇ ਸਟੈਪ ਡਿਸਕਸ ਕੀਤੇ ਜਿਹਦੇ ਨਾਲ ਅਸੀਂ ਆਪਣਾ ਜਿਹੜਾ CC ਦੇ ਡਰਾਅ ਵਾਸਤੇ ਆਪਣੇ ਪੁਆਇੰਟ ਨੇ ਉਹ ਕੈਲਕੂਲੇਟ ਕਰ ਸਕਦੇ ਹਾਂ। ਸੋ ਇੱਕ ਚੀਜ਼ ਯਾਦ ਰੱਖੋ ਕਿ ਜਦੋਂ ਤੁਸੀਂ ਇੱਥੇ ਆਪਣੇ ਪੁਆਇੰਟ ਕੈਲਕੂਲੇਟ ਕਰੋਗੇ, ਇਹ ਜਦ ਤੁਸੀਂ ਆਪਣੀ ਫਾਈਲ ਪੂਲ 'ਚ ਪਾਓਗੇ ਤਾਂ ਥੋੜ੍ਹੀ ਜਿਹੀ ਵੇਰੀਏਸ਼ਨ ਜਿਹੜੀ ਆ ਅਪ ਡਾਊਨ ਹੋ ਸਕਦੀ ਆ 4-5 ਪੁਆਇੰਟ ਦੀ। ਜਿਵੇਂ ਸਪੋਜ਼ ਤੁਹਾਡੇ ਇੱਥੇ 500 ਪੁਆਇੰਟ ਬਣਦੇ ਆ, ਜਦ ਤੁਸੀਂ ਪੂਲ ਦੇ ਵਿੱਚ ਫਾਈਲ ਪਾਓਗੇ ਤਾਂ ਉਹ 4-5 ਪੁਆਇੰਟ ਉੱਪਰ ਥੱਲੇ ਹੋ ਸਕਦੇ ਆ। ਸੋ ਵਰੀ ਕਰਨ ਦੀ ਲੋੜ ਨਹੀਂ ਆ, ਫਾਈਨਲ ਸਕੋਰ ਉਹੀ ਕੈਲਕੂਲੇਟ ਹੋਏਗਾ ਜਦ ਤੁਸੀਂ ਆਪਣੀ ਫਾਈਲ ਪੂਲ ਦੇ ਵਿੱਚ ਪਾ ਦੋਗੇ। ਸੋ ਉਮੀਦ ਕਰਦਾ ਕਿ ਇਹ ਤੁਹਾਨੂੰ ਵੀਡੀਓ ਪਸੰਦ ਲੱਗੀ ਹੋਏਗੀ।
ਤੇ ਜੇ ਤੁਹਾਨੂੰ ਵੀਡੀਓ ਪਸੰਦ ਲੱਗੀ ਆ ਤੁਸੀਂ ਵੀਡੀਓ ਨੂੰ ਲਾਈਕ ਕਰੋ ਤੇ ਵੀਡੀਓ ਨੂੰ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ। ਅਗਰ ਤੁਹਾਡਾ ਕੋਈ ਵੀ ਕੰਸਰਨ ਜਾਂ ਕੁਐਸਚਨ ਹੈਗਾ ਤੇ ਤੁਸੀਂ ਥੱਲੇ ਕਮੈਂਟ ਬਾਕਸ 'ਚ ਕਮੈਂਟ ਕਰ ਸਕਦੇ ਹੋ, ਮੈਂ ਤੁਹਾਨੂੰ ਰਿਸਪੋਂਸ ਜ਼ਰੂਰ ਕਰਾਂਗਾ। ਜਾਂ ਫਿਰ ਤੁਸੀਂ ਮੈਨੂੰ ਈਮੇਲ ਕਰ ਸਕਦੇ ਹੋ, ਮੇਰੀ ਈਮੇਲ ਆਈ ਡੀ ਹੈਗੀ ਆ helpinair@gmail.com। ਸੋ ਉੱਥੇ ਆਪਾਂ ਇੱਕ ਦੂਜੇ ਨਾਲ ਕੰਟੈਕਟ ਕਰ ਸਕਦੇ ਹਾਂ ਤੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਆਉਣ ਵਾਲੇ ਦਿਨਾਂ ਵਿੱਚ ਤੁਹਾਨੂੰ ਹੋਰ ਜਿਹੜੀਆਂ ਨਵੀਆਂ ਵੀਡੀਓ ਨੇ ਉਹ ਮਿਲਦੀਆਂ ਰਹਿਣ। ਸੋ ਦੋਸਤੋ, ਇਸ ਤੋਂ ਅਗਲੀ ਜਿਹੜੀ ਵੀਡੀਓ ਆ ਉਹਦੇ ਵਿੱਚ ਅਸੀਂ ਡਿਸਕਸ ਕਰਾਂਗੇ ਕਿ ਜਿਸ ਤਰ੍ਹਾਂ ਅਸੀਂ ਡਿਸਕਸ ਕੀਤਾ ਸੀਗਾ ਕਿ ਜਦ ਤੁਸੀਂ PR ਅਪਲਾਈ ਕਰਦੇ ਆ ਤੁਹਾਨੂੰ ਇੰਡੀਆ ਤੋਂ PCC ਕਰਵਾਉਣੀ ਪੈਂਦੀ ਆ, ਜਿਹਦਾ ਲਿੰਕ ਇੱਥੇ ਥੱਲੇ ਮੈਂ ਦਿੱਤਾ ਹੋਇਆ ਵਾ, ਤੁਸੀਂ ਡਿਸਕ੍ਰਿਪਸ਼ਨ ਵਿੱਚ ਲਿੰਕ ਦੇਖ ਸਕਦੇ ਹੋ। ਇਸ ਤਰੀਕੇ ਦੇ ਨਾਲ ਜਦ ਤੁਸੀਂ ਆਪਣੀ ਫਾਈਲ ਪਾ ਦਿੰਦੇ ਹਾਂ ਅਤੇ ਲਾਸਟ ਸਟੈਪ 'ਤੇ ਆ ਕੇ ਕਈ ਵਾਰ ਜਿਹੜੀ ਇਮੀਗ੍ਰੇਸ਼ਨ ਆ ਉਹ ਤੁਹਾਡੇ ਕੋਲ ਜਿਹੜੀ ਇੱਥੇ ਕੈਨੇਡਾ ਦੀ ਪੁਲਿਸ ਆ ਉਹਦੀ ਕਲੀਅਰੈਂਸ ਵੀ ਮੰਗਦੀ ਆ, ਸੋ ਉਹਨੂੰ RCMP ਕਹਿੰਦੇ ਆ। RCMP ਕਿੱਦਾਂ ਕਰਵਾਉਣੀ ਆ, ਕਿਹੜੀਆਂ ਕਿਹੜੀਆਂ ਏਜੰਸੀਜ਼ ਨੇ ਜਿਨ੍ਹਾਂ ਨੂੰ ਇਮੀਗ੍ਰੇਸ਼ਨ ਅਲਾਓ ਕਰਦੀ ਆ, ਉਹ ਸਾਰੀਆਂ ਚੀਜ਼ਾਂ ਡਿਟੇਲ ਵਿੱਚ ਅਸੀਂ ਡਿਸਕਸ ਕਰਾਂਗੇ ਇੱਕ ਆਉਣ ਵਾਲੀ ਵੀਡੀਓ ਦੇ ਵਿੱਚ। ਤੇ ਤੁਸੀਂ ਜੁੜੇ ਰਹੋ ਮੇਰੇ ਨਾਲ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਨੂੰ ਨਵੀਆਂ ਵੀਡੀਓ ਮਿਲਦੀਆਂ ਰਹਿਣ। ਬਹੁਤ ਬਹੁਤ ਧੰਨਵਾਦ, ਥੈਂਕ ਯੂ ਸੋ ਮੱਚ, ਰੱਬ ਰਾਖਾ।